ਸਾਨੂੰ ਤਾਂ ਸਾਰਿਆਂ ਦੀ ਮਿਲੀ ਤੋਂ ਪਲੱਸ ਸੀਐਮ ਤੱਕ ਕਿਹੜਾ ਵੀਡੀਓ ਨਹੀਂ ਪਹੁੰਚੀ ਹੋਊਗੀ ਜੀ? ਵੀਡੀਓ ਤਾਂ ਸਾਰਿਆਂ ਨੇ ਦੇਖੀ ਆ, ਤਬਦੀਲੀ ਕੀਤੀ ਹੈ ਆਪਣੇ ਮਿਹਨਤ ਨੂੰ ਮਚਾ ਕੇ ਰੋਟੀ ਖਾਣ ਉਹ ਸ਼ਾਸਤਰੀ ਨੂੰ ਬੇਕਸੂਰ ਦੱਸ ਰਹੇ। ਸ਼ਾਸਤਰੀ ਜਦੋਂ 3 ਵਜੇ ਉਂਦਰ ਸੀ ਜੀ, 3 ਵਜੇ ਉਂਦਰ ਹੀ ਸੀਗਾ, ਅਜੇ ਕਹਿੰਦੇ ਨੇ ਸ਼ਾਸਤਰੀ ਬੇਕਸੂਰ, ਉਹਦੇ ਮੰਦਰ ਚ ਮੇਰੇ ਬੱਚੇ ਦੀ ਲਾਸ਼ ਮਿਲੀ ਆ, ਇਹ ਕਹਿੰਦੇ ਸ਼ਾਸਤਰੀ ਬੇਕਸੂਰ ਉਹਦਾ ਕੋਈ ਕਸੂਰ ਹੀ ਨਹੀਂ ਹੈਗਾ। ਅਸੀਂ ਲਿਖ ਕੇ ਦੇ ਦਿੰਦੇ ਹਾਂ ਸਰ, ਸਾਡੀ ਪਲੀਜ਼ ਤੋਂ ਬੜੀ ਯਾਦ ਬਹੁਤ ਵਿੱਚੋਂ ਬੰਦੇ ਨਿਕਲਣਗੇ ਜਿਹੜੇ ਮਤਲਬ ਕਿ ਵੀ ਇਸ ਕਾਂਡ ਦੇ ਵਿੱਚ ਮਿਲੇ ਹੋਏ ਅੱਗੇ ਜ਼ਿਆਦਾ ਨਾਂ ਲਿਖ ਦਾਂਗੇ ਫਿਰ ਕੇਸ ਖਰਾਬ ਹੋ ਜਾਊਗਾ। ਠੀਕ ਹੈ, ਮਾਨਸੂਨ ਦੱਸੋ ਵੀ ਸਾਨੂੰ ਘਰੇ ਪਹਿਲਾਂ 3-4 ਸਾਲ ਆਏ ਨੀ, ਉਹਦੇ ਕੋਲ ਰਹਿੰਦਾ ਸੀ, ਹੁਣ ਆਉਣ ਲੱਗਿਆ ਸੀ 4 ਸਾਲਾਂ ਤੋਂ ਤੁਹਾਡੇ ਕੋਲ, ਰਾਤ ਨੂੰ ਬਹਿ ਜਾਂਦਾ ਸੀ ਬਸ ਰਹਿੰਦਾ ਉਹਦੇ ਕੋਲ। ਅਸੀਂ ਕਦੇ 10 ਰੁਪਏ ਦੇ ਰਵਾਦਾਰ ਨੇ ਜੀ, ਸ਼ੁਰੂ ਹੋ ਅਤੇ ਚਲੋ ਵੀ ਸਾਡਾ ਬੱਚਾ ਖੁਸ਼ ਆ, ਉਹਦਾ ਖੁਸ਼ੀ ਜ਼ਿਆਦਾ ਕਰੀ ਜਾਂਦੇ ਨੇ ਬਸ। ਹੁਣ ਮੈਨੂੰ ਕਹਿੰਦਾ ਜੀ ਉੱਥੇ ਕੈਨੇਡਾ ਦੀ ਵੀ ਕੋਲੋਨੀ ਟੋਬੇ ਸੇਵਾ ਕਰਦਾ ਜੀ, ਉਹਦਾ 9ਵਾਂ ਸਾਲ ਆ ਜੀ ਉਹਦਾ। ਦੋ 3 ਕਿਰਾਏ ਨੂੰ ਮਤਲਬ ਕਿ ਛੁਪਾਏ ਵੀ ਨੇ ਧੂਰੀ ਦੇ ਬੰਦੇ ਵਿੱਚ ਮਿਲ ਕੇ ਮੰਦਰਾਂ ਦੇ ਪ੍ਰਧਾਨਾਂ ਨੇ, ਉਹਨਾਂ ਉਹ ਆਈ ਕਰਕੇ ਛੁਪੇ ਵੇ ਨੇ। ਉਹ ਸੰਤੁਸ਼ਟ ਨਹੀਂ ਹੈ ਕਿ ਅਸਲੀ ਮੁਲਜ਼ਮ ਨੂੰ ਫੜਿਆ ਜਾ ਰਿਹਾ ਅਤੇ ਇਹਦੀ ਤਫਤੀਸ਼ ਕਰਾਉਣੀ ਪਊਗੀ। ਮੈਂ ਉਹਨਾਂ ਨੂੰ ਲਿਖ ਕੇ ਕਹਿੰਦਾ ਕਿ ਲਿਖ ਕੇ ਦੇਣ ਮੈਨੂੰ ਸਾਰੀ ਗੱਲਬਾਤ, ਅਤੇ ਜਿਵੇਂ ਤੁਹਾਨੂੰ ਸ਼ਾਸਤਰੀ ਜਾਂ ਕਿਹਦੇ ਉੱਤੇ ਸ਼ੱਕ ਹੈਗਾ ਫਿਰ ਅਸੀਂ ਅੱਗੇ ਪਹੁੰਚ ਕਰਦੇ ਹਾਂ। ਠੀਕ ਸਰ, ਮੰਦਰ ਦੇ ਵਿੱਚ ਅਜਿਹੀ ਘਟਨਾ ਵਾਪਰੀ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਮੰਦਰ ਦੇ ਵਿੱਚ? ਇਹ ਤਾਂ ਬਹੁਤ ਮਾੜੀ ਹੈ ਕਿ ਮੰਦਰ ਦੇ ਵਿੱਚ ਇਹੋ ਜਿਹੀ ਚੀਜ਼, ਅਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਹੋਰ ਵੀ ਮੰਦਰਾਂ ਦੇ ਵਿੱਚ ਇਹੋ ਜਿਹੇ ਕਤਲ ਹੋਏ ਆ ਜਿਹੜਾ ਤੁਹਾਨੂੰ ਲੋਕਾਂ ਨੂੰ ਅਜੇ ਪਤਾ ਨਹੀਂ ਹੈ, ਅਤੇ ਇਹ ਤਾਂ ਸਾਰੇ ਮੰਦਰਾਂ 'ਚ ਜਿੱਥੇ ਜਿੱਥੇ ਹੋਇਆ ਉਹਦੀ ਤਫਤੀਸ਼ ਹੋਣੀ ਪਊਗੀ। ਹਾਈਕੋਰਟ ਜਾਣਾ ਪੈਂਦਾ, ਸਿੱਧੀ ਤਾਂ ਹੁੰਦੀ ਨਹੀਂ ਹੈ।